ਇਹ ਸਾਰੀ ਜਿਹੜੀ ਹੈ ਇਹੋ ਜਿਹੇ ਥਾਵਾਂ ਦੀਆਂ ਸੈਰਗਾਹਾਂ 'ਤੇ ਆਉਣਾ, ਵਾਰ ਵਾਰ ਆਉਣਾ। ਅੱਜ ਵੀ ਅਸੀਂ ਭਾਜੀ ਦੇਵਦਰ ਸਾਹਿਬ ਨੂੰ ਯਾਦ ਕਰਦੇ ਹਾਂ। ਉਹਨਾਂ ਦਾ ਇਹ ਰਸਤੇ ਸੀਗੇ ਜਿਹੜੇ ਉਹਨਾਂ ਨੇ ਵਿਖਾਏ, ਅਤੇ ਅੱਜ ਆਪਾਂ ਜਿਹੜੇ ਉਹਨਾਂ ਰਸਤਿਆਂ ਦੇ ਉੱਤੇ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਆਪਣੇ ਅੰਗ ਸੰਗ ਮੰਨਦੇ ਹਾਂ, ਉਹਨਾਂ ਨੂੰ ਆਪਣੇ ਨਾਲ ਨਾਲ ਚੱਲਦੇ ਮੰਨਦੇ ਹਾਂ। ਇਸ ਗੱਲ ਮਹਿਸੂਸ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਉੱਚ ਪਾਏ ਦੀ ਜਿਹੜੀ ਉਹਨਾਂ ਨੇ ਸਾਨੂੰ ਸਿੱਖਿਆ ਲਾਭ ਖਾਏ, ਉਹਨਾਂ 'ਤੇ ਚੱਲ ਰਹੇ ਹਾਂ। ਅਤੇ ਅੱਜ ਸਾਰੇ ਆਪਾਂ ਇੰਜੋਏ ਕਰ ਰਹੇ ਹਾਂ, ਸਾਡੀ ਸਾਰੀ ਟੀਮ ਨਾਲ ਹੈ। ਅਤੇ ਮੈਂ ਅੱਜ ਸਾਡੇ ਗਰੁੱਪ ਲੀਡਰ ਮੋਹਿਤ ਹੋਰੀ
ਬੜੇ ਸੁਚੱਜੇ ਤਰੀਕੇ ਦੇ ਨਾਲ ਇਸ ਸਾਰੀ ਜਿਹੜੀ ਪਲੈਨਿੰਗ ਨੂੰ ਉਹਨੂੰ ਕਵਰ ਕਰ ਰਹੇ ਆ, ਨਾਲ ਅਗਵਾਈ ਕਰ ਰਹੇ ਆ, ਆਪਣੀ ਪੂਰੀ ਜ਼ਿੰਮੇਵਾਰੀ ਜਿਹੜੀ ਹੈ ਉੱਥੋਂ ਜੋ ਚੱਲੇ ਆ ਉਹਨੂੰ ਪਾ ਰਹੇ ਆ। ਅਤੇ ਸਾਰੇ ਗਰੁੱਪ ਮੈਂਬਰ ਬੜੇ ਖੁਸ਼ ਨੇ। ਅਤੇ ਮੈਂ ਇਹਨਾਂ ਨੂੰ ਕਹੂੰਗਾ ਕਿ ਹੁਣ ਦੋ ਕੁ ਸ਼ਬਦ ਐਸ ਨਸੀਮ ਸਾਹਿਬ ਪੰਜਾਬੀ ਦੇ ਵੱਡੇ ਗਜ਼ਲ ਗੋ, ਇੱਕ ਦੋ ਗੱਲਾਂ ਤੁਹਾਡੇ ਨਾਲ ਜੁੜ ਸਕਦੀਆਂ। ਪਿਆਰੇ ਸ਼ਾਇਰ ਔਰ ਮਿੱਤਰ ਦੇਵ ਦਰਦ ਵੱਲੋਂ ਸ਼ੁਰੂ ਕੀਤੀ ਸੰਸਥਾ, ਵਿਕਸਿਤ ਕੀਤੀ ਸੰਸਥਾ ਆਤਮ ਪਬਲਿਕ ਸਕੂਲ ਵੱਲੋਂ, ਅੱਜ ਅਸੀਂ ਇੱਥੇ ਦੁਬਈ ਦੇ ਵਿੱਚ ਸਾਡੀ ਪਹਿਲੀ ਸਵੇਰ ਹੈ ਔਰ ਹੋਟਲ ਔਰਚਿਡ ਵਿਊ ਦੇ ਅਸੀਂ ਰੈਸਟੋਰੈਂਟ ਦੇ ਵਿੱਚ ਇਸ ਵਕਤ ਬ੍ਰੇਕਫਾਸਟ ਕਰ ਰਹੇ ਹਾਂ। ਅਤੇ 14 ਜਣਿਆਂ ਦਾ ਸਾਡਾ ਇਹ ਗਰੁੱਪ ਹੈ ਜਿਹਦੇ ਵਿੱਚ ਸਕੂਲ ਦੇ ਵਿਦਿਆਰਥੀ, ਅਧਿਆਪਕ ਅਤੇ ਸਾਰੇ ਜਣੇ ਮੌਜੂਦ ਨੇ। ਅਤੇ ਬੜਾ ਅਸੀਂ ਜਿਹੜਾ ਹੈ ਇੱਕ ਬੜਾ ਯਾਦਗਾਰੀ ਮਾਹੌਲ ਹੈ, ਇੱਕ ਯਾਦਗਾਰੀ ਪਲ ਨੇ ਇਹ ਕਿ ਅੱਜ ਅਸੀਂ ਇਹਨਾਂ ਪਲਾਂ ਦੇ ਵਿੱਚ ਆਪਣੇ ਮਿੱਤਰ ਦੇਵ ਦਰਦ ਹੋਰਾਂ ਨੂੰ ਯਾਦ ਕਰ ਰਹੇ ਹਾਂ। ਅਤੇ ਮੋਹਿਤ ਸਾਡੇ ਨਾਲ ਨੇ।